ਇਹ ਸਤਲੁਜ ਨੈਟਵਰਕ ਹੈ ਤੇ ਤੁਸੀਂ ਦੇਖ ਰਹੇ ਹੋ ਸਤਲੁਜ ਟੀਵੀ ਪੰਜਾਬੀ। ਅੱਜ 2 ਜੁਲਾਈ ਦਿਨ ਐਤਵਾਰ ਹੈ। ਪੇਸ਼ ਹਨ ਹੁਣ ਤੱਕ ਦੀਆਂ ਖਾਸ ਖਬਰਾਂ। ਹਿਮਾਚਲ ਸਰਕਾਰ ਦੀ ਨਵੀਂ ਸ਼ਰਾਰਤ, ਚੰਡੀਗੜ੍ਹ ਵਿੱਚੋਂ ਮੰਗਿਆ ਹਿੱਸਾ। ਹਿਮਾਚਲ ਪ੍ਰਦੇਸ਼ ਦੀ ਨਵੀਂ ਬਣੀ ਕਾਂਗਰਸ ਸਰਕਾਰ, ਜਿੱਥੇ ਪੰਜਾਬ ਦੇ ਦਰਿਆਈ ਪਾਣੀ ਨੂੰ ਬਾਰੋ ਬਾਰ ਦੂਜੇ ਸੂਬਿਆਂ ਨੂੰ ਦੇਣ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ, ਉੱਥੇ ਦੂਜੇ ਪਾਸੇ ਇਸਨੇ ਪਹਿਲਾਂ ਤੋਂ ਹੀ ਕੇਂਦਰ ਦੇ ਵਿਤਕਰਿਆਂ ਨਾਲ ਝੰਬੇ ਪੰਜਾਬ ਨਾਲ ਇੱਕ ਹੋਰ ਸ਼ਰਾਰਤ ਕੀਤੀ ਹੈ। ਇਸਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚੋਂ ਹਿੱਸਾ ਲੈਣ ਦੇ ਲਈ ਮੰਤਰੀਆਂ ਦੀ 3 ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਪੰਜਾਬ ਪੁਨਰਗਠਨ ਕਾਨੂੰਨ ਅਤੇ ਇਸ ਵਿੱਚ ਹਿਮਾਚਲ ਦੀ ਕਥਿਤ ਹਿੱਸੇਦਾਰੀ ਦੀ ਕੋਖ ਪੜਤਾਲ ਕਰਕੇ ਰਿਪੋਰਟ ਸਰਕਾਰ ਨੂੰ ਦੇਵੇਗੀ। ਰਾਜਧਾਨੀ ਹੋਣ ਦੇ ਬਾਵਜੂਦ ਚੰਡੀਗੜ੍ਹ ਉੱਪਰ ਪਹਿਲਾਂ ਹੀ ਪੰਜਾਬ ਦਾ ਦਾਅਵਾ ਖਤਮ ਕਰਨ ਦੀਆਂ ਭਾਰਤ ਸਰਕਾਰ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਹੁਣ ਹਰਿਆਣੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਨੂੰ ਚੰਡੀਗੜ੍ਹ ਵਿੱਚ ਪੰਜਾਬ ਦਾ ਸ਼ਰੀਕ ਬਣਾਉਣ ਦੀਆਂ ਕੀਤੀਆਂ ਜਾ ਰਹੀਆਂ ਚਾਰਾ ਜ਼ੋਈਆਂ ਦਾ ਪੰਜਾਬੀਆਂ ਨੇ ਤਿੱਖਾ ਨੋਟਿਸ ਲਿਆ। ਚੰਡੀਗੜ੍ਹ ਦੇ ਮੁੱਦੇ ਤੇ ਹਿਮਾਚਲ ਸਰਕਾਰ ਦਾ ਮੂੰਹ ਭੰਨਣ ਦੀ ਬਜਾਏ ਭਗਵੰਤ ਮਾਨ ਨੇ ਬਾਜਵਾ ਨਾਲ ਆਡਾ ਲਾਇਆ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉੱਪਰ ਆਪਣਾ ਦਾਅਵਾ ਜਤਾਉਣ ਦੀ ਘੜੀ ਗਈ ਸਾਜ਼ਿਸ਼ ਦੇ ਪ੍ਰਤੀਕਰਮ ਵਜੋਂ ਹਿਮਾਚਲ ਸਰਕਾਰ ਦਾ ਮੂੰਹ ਭੰਨਣ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਬਿਨਾਂ ਵਜ੍ਹਾ ਆਡਾ ਲਾ ਲਿਆ। ਇੱਕ ਟਵੀਟ ਵਿੱਚ ਮਾਨ ਨੇ ਕਿਹਾ ਕਿ ਚੰਡੀਗੜ੍ਹ ਦੇ ਮੁੱਦੇ ਤੇ ਹਿਮਾਚਲ ਦੀ ਕਾਂਗਰਸ ਸਰਕਾਰ ਦੇ ਦਾਅਵੇ ਬਾਰੇ ਹਿਮਾਚਲ ਦੇ ਇੰਚਾਰਜ ਪ੍ਰਤਾਪ ਸਿੰਘ ਭਾਜਪਾ ਜੀ ਦੋਵਾਂ ਪਾਰਟੀਆਂ ਦਾ ਪੱਖ ਪੇਸ਼ ਕਰਦੇ ਨੇ। ਇਸ ਦਾ ਜਵਾਬ ਸਰਦਾਰ ਬਾਜਵਾ ਨੇ ਇੱਕ ਟਵੀਟ ਰਾਹੀਂ ਕੁਝ ਇਸ ਤਰ੍ਹਾਂ ਦਿੱਤਾ। ਸ਼ਾਮ ਤੋਂ ਬਾਅਦ ਕੀਤੇ ਗਏ ਤੁਹਾਡੇ ਟਵੀਟ ਨੂੰ ਮੈਂ ਗੰਭੀਰਤਾ ਨਾਲ ਨਹੀਂ ਲੈਂਦਾ, ਕਿਉਂਕਿ ਤੁਸੀਂ ਭਗਵੰਤ ਮਾਨ ਵਜੋਂ ਨਹੀਂ ਸਗੋਂ ਭਗਵੰਤ ਮਾਨ ਵਜੋਂ ਟਵੀਟ ਕਰਦੇ ਹੋ। ਜਿੱਥੋਂ ਤੱਕ ਚੰਡੀਗੜ੍ਹ ਦਾ ਸਵਾਲ ਹੈ, ਮੇਰੀ ਪਾਰਟੀ ਅਤੇ ਮੇਰਾ ਇਹ ਸਪਸ਼ਟ ਸਟੈਂਡ ਹੈ ਕਿ ਚੰਡੀਗੜ੍ਹ ਦਾ ਇੱਕ ਵੀ ਇੰਚ ਹਿਮਾਚਲ ਜਾਂ ਹਰਿਆਣਾ ਨੂੰ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਾਡੇ ਪਾਣੀ ਦੀ ਇੱਕ ਬੂੰਦ ਵੀ ਹਰਿਆਣਾ ਜਾਂ ਰਾਜਸਥਾਨ ਨੂੰ ਨਹੀਂ ਜਾਣੀ ਚਾਹੀਦੀ, ਪਰ ਤੁਸੀਂ ਦਿੱਲੀ ਵਿੱਚ ਬੈਠੇ ਆਪਣੇ ਆਕਾ ਦੀ ਇੱਛਾ ਪੂਰੀ ਕਰਨ ਦੇ ਲਈ ਬੇਲੋੜਾ ਵਾਧੂ ਪਾਣੀ ਰਾਜਸਥਾਨ ਨੂੰ ਭੇਜ ਰਹੇ ਹੋ। ਪਹਿਲਾਂ ਤਾਂ ਸ਼ਰਮ ਦਾ ਘਾਟਾ ਉਹਨਾਂ ਨੂੰ ਜਿਨ੍ਹਾਂ ਨੇ ਇੱਕ ਟਵੀਟ ਰਾਹੀਂ ਪੰਜਾਬ ਦੀ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਕੀਤੀ, ਜਿਸ ਨਾਲ ਪੰਜਾਬ ਦਾ ਚੰਡੀਗੜ੍ਹ ਤੇ ਦਾਅਵਾ ਕਮਜ਼ੋਰ ਹੋਇਆ। ਬਾਅਦ ਵਿੱਚ ਸ਼ਰਮ ਦਾ ਘਾਟਾ ਉਹਨਾਂ ਨੂੰ ਵੀ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਤਨਦੇਹੀ ਨਾਲ ਰਾਖੀ ਕਰਨ ਦੀ ਥਾਂ ਨਵੇਂ ਟ੍ਰਿਬਿਊਨਲ ਦੀ ਮੰਗ ਕੀਤੀ। ਇਸ਼ਤਿਹਾਰੀ ਮੁੱਖ ਮੰਤਰੀ ਜੀ, ਤੁਸੀਂ ਅੱਜ ਬਿਨਾਂ ਸਿਕਿਉਰਿਟੀ ਤੋਂ ਪਿੰਡਾਂ ਵਿੱਚ ਜਾ ਕੇ ਵੇਖੋ ਜੇ ਕੱਚੇ ਮੁਲਾਜ਼ਮ ਤੁਹਾਨੂੰ ਨਾ ਪੱਕਿਆ ਕਰਦੇ। ਭਾਰਤੀ ਸੂਬੇ ਮਹਾਰਾਸ਼ਟਰ ਵਿੱਚ ਹੋਈ ਸਿਆਸੀ ਉਥਲ ਪੁਥਲ, ਐਨਸੀਪੀ ਦੇ ਬਹੁਤੇ ਵਿਧਾਇਕ ਸਰਕਾਰ ਵਿੱਚ ਸ਼ਾਮਿਲ। ਮਹਾਰਾਸ਼ਟਰ ਵਿੱਚ ਸਿਆਸੀ ਧਮਾਕਾ ਕਰਦਿਆਂ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਹਲਫ ਲਿਆ ਹੈ। ਵਿਧਾਨ ਸਭਾ ਵਿੱਚ ਐਨਸੀਪੀ ਦੇ ਕੁੱਲ 53 ਵਿਧਾਇਕ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ 40 ਵਿਧਾਇਕ ਉਹਨਾਂ ਦੇ ਨਾਲ ਨੇ। ਉਹਨਾਂ ਤੋਂ ਇਲਾਵਾ ਐਨਸੀਪੀ ਆਗੂ ਸ਼ਗਨ ਭੁਜਬਲ, ਧਨੰਜੇ ਮੁੰਡੇ, ਦਿਲੀਪ ਵਾਲਸੇ ਪਾਟਿਲ, ਹਸਨ ਮੁਸ਼ਰਿਫ, ਅਦਿਤੀ ਤਟਕਰੇ, ਧਰਮਰਾਓ ਅਤਰਾਮ, ਅਨਿਲ ਪਾਟਿਲ ਅਤੇ ਸੰਜੇ ਬੰਸੋੜ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਭਾਵੇਂ ਐਨਸੀਪੀ ਮੁਖੀ ਸ਼ਰਦ ਪਵਾਰ, ਜਿਹੜੇ ਕਿ ਪੁਣੇ ਵਿੱਚ ਸਨ, ਨੇ ਕਿਹਾ ਉਹਨਾਂ ਨੂੰ ਮੀਟਿੰਗ ਦਾ ਪਤਾ ਨਹੀਂ ਹੈ, ਪਰ ਉਹਨਾਂ ਨਾਲ ਹੀ ਆਖਿਆ ਕਿ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣਾ ਤੇ ਉਹ ਵਿਧਾਇਕਾਂ ਦੀ ਮੀਟਿੰਗ ਬੁਲਾ ਸਕਦੇ ਨੇ। ਕਸ਼ਮੀਰੀ ਆਗੂ ਮਹਿਬੂਬਾ ਮੁਫਤੀ ਨੇ ਭਾਜਪਾ ਤੇ ਵਿਧਾਇਕਾਂ ਨੂੰ ਖਰੀਦਣ ਦੀ ਦੌੜ 'ਚ ਲੱਗੀ ਹੋਣ ਦਾ ਦੋਸ਼ ਲਾਇਆ। ਪੀਪਲਸ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਤੇ ਕਸ਼ਮੀਰੀ ਆਗੂ ਮਹਿਬੂਬਾ ਮੁਫਤੀ ਨੇ ਭਾਜਪਾ ਵੱਲੋਂ ਅਜੀਤ ਪਵਾਰ ਸਣੇ ਐਨਸੀਪੀ ਦੇ 8 ਹੋਰ ਨੇਤਾਵਾਂ ਨੂੰ ਮਹਾਰਾਸ਼ਟਰ ਕੈਬਨਿਟ 'ਚ ਸ਼ਾਮਲ ਕੀਤੇ ਜਾਣ ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਵਿਧਾਇਕਾਂ ਨੂੰ ਖਰੀਦਣ ਦੀ ਦੌੜ 'ਚ ਲੱਗੀ ਹੋਈ ਹੈ। ਮਹਿਬੂਬਾ ਨੇ ਟਵੀਟ ਕੀਤਾ, ਭਾਜਪਾ ਨੇ ਜਿਵੇਂ ਮਹਾਰਾਸ਼ਟਰ ਦੇ ਵਿੱਚ ਵਾਰ ਵਾਰ ਲੋਕਾਂ ਦੇ ਫਤਵੇ ਨੂੰ ਖੋਖਲਾ ਕੀਤਾ, ਉਸ ਦੀ ਨਿਖੇਧੀ ਦੇ ਲਈ ਸ਼ਬਦ ਕਾਫੀ ਨਹੀਂ ਹਨ। ਇਹ ਸਿਰਫ ਜਮਹੂਰੀਅਤ ਦਾ ਹੀ ਕਤਲ ਨਹੀਂ ਹੈ, ਸਗੋਂ ਉਹ ਆਪਣੀਆਂ ਅਜਿਹੀਆਂ ਸ਼ਰਮਨਾਕ ਕਾਰਵਾਈਆਂ ਨੂੰ ਲੁਕਾਉਣ ਦੇ ਲਈ ਦੇਸ਼ ਭਗਤੀ ਦਾ ਸਹਾਰਾ ਲੈ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਿਆਸੀ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ, ਜਦਕਿ ਉਹ ਖੁਦ ਵਿਧਾਇਕਾਂ ਨੂੰ ਖਰੀਦਣ ਦੀ ਦੌੜ 'ਚ ਲੱਗੇ ਹੋਏ ਨੇ। ਬਸਪਾ ਮੁਖੀ ਮਾਇਆਵਤੀ ਨੇ ਇਕਸਾਰ ਸਿਵਲ ਕੋਰਟ 'ਤੇ ਲਿਆ ਅਸਪਸ਼ਟ ਸਟੈਂਡ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ ਇਕਸਾਰ ਸਿਵਲ ਕੋਡ ਨੂੰ ਲਾਗੂ ਕਰਨ ਦੇ ਖਿਲਾਫ਼ ਨਹੀਂ ਹੈ, ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਦੇਸ਼ ਵਿੱਚ ਇਸ ਨੂੰ ਲਾਗੂ ਕਰਨ ਦੇ ਤਰੀਕੇ ਨਾਲ ਉਹ ਸਹਿਮਤ ਨਹੀਂ ਹੈ। ਇਕਸਾਰ ਸਿਵਲ ਕੋਡ ਦੇ ਮੁੱਦੇ 'ਤੇ ਬਸਪਾ ਮੁਖੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ
कि संविधान की धारा 44 UCC बनाने की मांग करती है पर इस नूं थोपन दी नहीं। इसलिए भाजपा नूं इन्हां सारियां गल्लां नूं ध्यान विच रख के ही कोई कदम चुकना चाहिए। फ्रांस विच हुई हिंसा तो बाद पुलिस वल्लों 1311 दंगाकारी गिरफ्तार। फ्रांस विच एक नाबालिग दी पुलिस गोली नाल मौत मगरों भड़के दंगियां दे विच 2400 व्यक्तियों नूं गिरफ्तार किया गया। पिछले 4 दिनों तो पुलिस की वड्डी तैनाती के बावजूद लोगों ने कई कारां अते इमारतां नूं अग लगा दित्ती अते स्टोर लुट ले। उंज पुलिस ने दंगियां की चौथी रात सब तो ज्यादा 1311 व्यक्ति गिरफ्तार किए ने। राष्ट्रपति इमैनुअल मैक्रों वालों मापिया नूं अपने बच्चों नूं घरां अंदर रहन की कीती जा रही अपील के बावजूद नौजवानों अते पुलिस विचकार झड़पां लगातार जारी ने। अधिकारियों मुताबक करीब 2500 अगां लाईया गई ने अते स्टोरां नूं लुटिया गया। उधर पैरिस नेड़े कस्बे नानटेरे च मंगलवार नूं पुलिस की गोली नाल मारे गए नौजवान नाहेल नूं परिवार ने अज दफना दिता है। पैरिस तो लैके मासीले अते लियोन तक दंगियां की अग भड़की हुई है अते फ्रेंच गुआना विच गोली लगन कारण 54 वरियां दे एक व्यक्ति की मौत हो गई। दंगियां च सैकड़े पुलिस अते अग बुझाऊ दस्तियां दे मुलाजम जख्मी हुए ने पर अधिकारियों ने जख्मी हुए सिर्फ प्रदर्शनकारियों की गिनती ही जारी की है। फ्रांसीसी फुटबॉल टीम के उगे खिडारी किलियान एम्बापे ने नौजवानों नूं हिंसा खत्म करने की अपील की है। ब्रिटिश प्रधानमंत्री ने आप दे नाल नसलवादी वतीरा होने का किया खुलासा। पंजाबी मूल के पहले ब्रिटिश प्रधानमंत्री ऋषि सुनक ने इत्थे लॉर्ड्स क्रिकेट मैदान च एशियज टैसट लड़ी के दूजे मैच के चौथे दिन कहा कि उन्होंने इस देश च वड्डे होने दौरान नसलवाद का सामना किया। सुनक तो BBC के मशहूर टैसट मैच स्पैशल रेडियो प्रोग्राम च जदों इंग्लैंड और वेल्स क्रिकेट बोर्ड च हर पद्धर से फैले नसलवाद और लिंग भेद बारे जारी एक रिपोर्ट बारे पूछा गया तो उन्होंने खुद क्रिकेट च इसका सामना करने तो इनकार किया। 43 वरिया के इस क्रिकेट प्रशंसक ने BBC के क्रिकेट रिपोर्टर जोनाथन एंग्रियू के एक सवाल के जवाब में कहा, मैं क्रिकेट च अजिहा महसूस नहीं किया पर यकीनी तौर पर मैं वड्डे हुंदिया नसलवाद का सामना किया। गुलामों के व्यापार च अपने देश की भूमिका नूं लैके नीदरलैंड के राजा ने मंगी माफ़ी। नीदरलैंड के राजा विलम अलैगजेंडर ने शनिचरवार नूं गुलामी कानून की वरेगंढ से गुलामों के व्यापार च अपने देश की भूमिका नूं लैके एक भाषण च माफ़ी मंग ली। इस दौरान मौजूद लोगों ने जोरदार ताड़ियां मार के उन्होंने कदम का स्वागत किया। गुलामों के व्यापार च देश की भूमिका नूं लैके पिछले साल के अंत च नीदरलैंड के प्रधानमंत्री मार्क रूटे ने भी माफ़ी मंगी सी। राजा अलैगजेंडर ने अपने भावनात्मक भाषण च कहा, अज मैं तुहाडे सामने खड़ा हाँ, अज तुहाडे राजा के रूप च अते सरकार दे मैंबर वजों मैं खुद ये माफ़ी मंगदा हाँ अते मैं अपने दिल अते आत्मा नाल ये शब्द बोल रहा हाँ। जिक्रयोग है कि 1 जुलाई 1863 सूरीनाम अते कैरेबियन च डच बस्तियां च गुलामी नूं खत्म कर दिता गया सी पर ज़्यादातर गुलाम मजदूरों नूं अगले 10 सालों तक दरखत लाने ते काम करना जारी रखने लई मजबूर किया गया सी। शनिचरवार के प्रोग्रामां अते भाषण नाल 1 जुलाई 1873 तो लागू होए गुलामी खत्म करन दी 150वीं वरेगंढ मनाउण दे लई साल भर होण वाले प्रोग्रामां दी शुरुआत हो गई। ये सन देश विदेश तो हुण तक दियां खास खबरां। कल फिर मिलांगे। मैनू दिओ इजाजत। सत श्री अकाल। रब राखा।